ਕਿੱਦਾਂ ਸਰ ਕੀ ਕਹਿ ਰਹੇ ਹੋ? ਇਦਾਂ ਲੱਗਦਾ ਜਿਵੇਂ ਤੁਸੀਂ ਸਵਰਗਾਂ 'ਚ ਬੈਠੇ ਹੋ ਤੇ ਨਾਲ ਨਾਲ ਐਕਸਰਸਾਈਜ਼ ਕਰ ਰਹੇ ਹੋ? ਨਾਲ ਐਕਸਰਸਾਈਜ਼ ਕਰ ਰਹੇ ਹੋ, ਉਹ ਵੀ ਜੀਨ ਦੀ ਪੈਂਟ ਪਾ ਕੇ? ਉੱਤੋਂ ਇਹ ਮੈਨਸ ਹਰਟ ਪਲਾਨ ਹਿਸ ਵੇ ਬਟ ਦ ਲਾਰਡ ਡਿਟਰਮਾਈਨਸ ਹਿਸ ਸਟੈਪਸ। ਕਿ ਮਤਲਬ ਆਈ ਇਨਸਾਨ ਆਪਣੇ ਹਿਸਾਬ ਨਾਲ ਪਲਾਨ ਬਣਾਉਂਦੇ ਆ, ਪਰ ਹੁੰਦਾ ਉਹੀ ਆ ਜੋ ਪਰਮਾਤਮਾ ਕਰਦਾ ਆ। ਤੇ ਪਰਮਾਤਮਾ ਚਾਹੁੰਦਾ ਕਿ ਅਸੀਂ ਇੱਥੇ ਇੱਕ ਦਿਨ ਹੋਰ ਰਹੀਏ। ਤੇ ਲਿਓ ਜੀ, ਔਰੰਜ ਪੱਗ, ਔਰੰਜ ਜੈਕਟ, ਔਰੰਜ ਜੂਸ। ਇਹ ਮੈਨੂੰ ਲੱਗਦਾ ਔਰੰਜ ਜੂਸ ਵੀ ਇਹਨਾਂ ਦਾ ਫੇਵਰੇਟ ਆ ਅਤੇ ਔਰੰਜ ਕਲਰ ਵੀ ਇਹਨਾਂ ਦਾ ਫੇਵਰੇਟ ਆ। ਸੋ ਲਓ ਜੀ, ਵੇਖ ਲਓ ਸਾਧ ਸੰਗਤੋ, ਆ ਕਿੰਨੀ ਕਿੰਨੀ ਬਰਫ਼ ਆ, ਦੋ ਦੋ ਤਿੰਨ ਢਾਈ ਢਾਈ ਫੁੱਟ ਬਰਫ਼ ਚੜ੍ਹੀ ਆ। ਅਤੇ ਗੱਡੀਆਂ ਦੱਬੀਆਂ ਪਈਆਂ ਨੇ। ਵੇਖ ਲਓ ਜਿਹੜੇ ਜਿਹੜੇ ਕੈਨੇਡਾ ਆਉਣ ਦੇ ਚਾਹਵਾਨ ਨੇ, ਉਹਨਾਂ ਨੂੰ ਆਹ ਮੁਸੀਬਤਾਂ ਵੀ ਝੱਲਣੀਆਂ ਪੈਂਦੀਆਂ ਨੇ। ਸਭ ਤੋਂ ਪਹਿਲਾਂ ਸਾਰਿਆਂ ਨੂੰ ਜੀ ਪਿਆਰ ਭਰੀ ਸਤਿ ਸ਼੍ਰੀ ਅਕਾਲ। ਅਤੇ ਅੱਜ ਆਪਣਾ ਹੈਗਾ 17 ਜਨਵਰੀ 2022। ਸੋ ਅਨਫੋਰਚੁਨੇਟਲੀ ਸਾਡੀ ਫਲਾਈਟ ਜਿਹੜੀ ਅੱਜ ਸੀਗੀ ਵਾਪਸੀ ਵਿੰਡਸਰ ਨੂੰ, ਉਹ ਕੈਂਸਲ ਹੋ ਚੁੱਕੀ ਹੈ ਡਿਊ ਟੂ ਵੈਦਰ। ਹਨਾ, ਡਿਊ ਟੂ ਵੈਦਰ ਕੰਡੀਸ਼ਨ ਸਾਡੀ ਸਨੋ ਬਹੁਤ ਜ਼ਿਆਦਾ ਪੈ ਗਈ ਆ। ਤੇ ਮੈਂ ਅੱਜ ਸਿਰਸਰੇ ਉੱਠ ਗਿਆ, ਪੜ੍ਹ ਵੀ ਰਿਹਾ ਸੀ, ਆ ਬੋਰਡ ਤੇ ਬੜਾ ਸੋਹਣਾ ਲਿਖਿਆ ਸੀ, ਇਹ ਬਾਈਬਲ ਦਾ ਇੱਕ ਸਲੋਕ ਕਹਿ ਲਈਏ, ਕਹਿੰਦੇ ਇਹ ਮੈਨਸ ਹਰਟ ਪਲਾਨ ਹਿਸ ਵੇ ਬਟ ਦ ਲਾਰਡ ਡਿਟਰਮਾਈਨਸ ਹਿਸ ਸਟੈਪਸ। ਕਿ ਮਤਲਬ ਅਸੀਂ ਇਨਸਾਨ ਆਪਣੇ ਹਿਸਾਬ ਨਾਲ ਪਲਾਨ ਬਣਾਉਂਦੇ ਹਾਂ, ਪਰ ਹੁੰਦਾ ਉਹੀ ਆ ਜੋ ਪਰਮਾਤਮਾ ਕਰਦਾ ਆ। ਅਤੇ ਪਰਮਾਤਮਾ ਚਾਹੁੰਦਾ ਕਿ ਅਸੀਂ ਇੱਥੇ ਇੱਕ ਦਿਨ ਹੋਰ ਰਹੀਏ। ਅਤੇ ਸਾਡੇ ਤਾਂ ਸਟੈਪਸ ਇਹੀ ਕਿ ਅਸੀਂ ਅੱਜ ਫਲਾਈਟ ਵੱਲ ਜਾਂਦੇ, ਪਰ ਅਨਫੋਰਚੁਨੇਟਲੀ ਫਲਾਈਟ ਹੈਜ਼ ਬੀਨ ਕੈਂਸਲਡ। ਹੁਣ ਆਪਾਂ ਅੱਜ ਹੁਣ ਕਿਤੇ ਹੋਰ ਪਲਾਨ ਬਣਾ ਕਰਨ ਲੱਗੇ ਹਾਂ, ਕਿਤੇ ਨਾ ਕਿਤੇ ਜਾਣਾ ਹੋਵਾਂਗੇ, ਥੋੜ੍ਹੀਆਂ ਬਹੁਤੀਆਂ ਜਿਹੜੀਆਂ ਜਗ੍ਹਾ ਰਹਿੰਦੀਆਂ ਉੱਥੇ ਘੁੰਮਣ ਚੱਲੇ ਹਾਂ ਜੀ, ਅੱਗੇ ਤੁਹਾਨੂੰ ਐਮ ਕੇ ਬਲੌਗਰ ਦੱਸਣਗੇ। ਹਾਂਜੀ, ਆਪਾਂ ਪੈਕਿੰਗ ਆਲਰੇਡੀ ਕਰ ਚੁੱਕੇ ਸੀ। ਅਸੀਂ ਗੱਲ ਇੱਦਾਂ ਆ ਵੀ ਹੁਣ ਘਰ ਦਾ ਇੱਕ ਦਿਨ ਦਾ ਹੋਰ ਰੈਂਟ ਪੇ ਕਰਨਾ ਪਊਗਾ, ਕਿਉਂਕਿ ਇੱਕ ਰਾਤ ਅਸੀਂ ਹੋਰ ਸਟੇ ਕਰ ਰਹੇ ਹਾਂ ਨਾ, ਉਹ ਵੀ ਇੱਕ ਦਾ ਹੋ ਗਿਆ ਥੋੜ੍ਹਾ ਬਜਟ ਦੇ ਵਿੱਚ ਇਨਕਲੂਡ। ਸੋ ਜਿਹੜੀ ਕਾਰ ਆਪਾਂ ਰੈਂਟ 'ਤੇ ਲਈ ਹੋਈ ਆ ਉਹ ਵੀ ਇੱਕ ਦਿਨ ਲਈ ਆਪਾਂ ਹੋਰ ਰੱਖ ਰਹੇ ਹਾਂ, ਸੋ ਉਹ ਵੀ ਹੋ ਗਿਆ ਇਨਕਲੂਡ। ਅਤੇ ਜਿੱਥੇ ਕਾਰ ਪਾਰਕ ਕੀਤੀ ਸੀ ਬਰੈਂਪਟਨ ਦੇ ਵਿੱਚ, ਉਹ ਵੀ ਇੱਕ ਦਿਨ ਦਾ ਵੱਧ ਗਿਆ। ਸੋ ਸਾਰਾ ਕੁਝ ਵੱਧ ਗਿਆ ਇੱਕ ਦਿਨ। ਸੋ ਬਾਕੀ ਦੇਖਦੇ ਹਾਂ ਵੀ ਫਲਾਈਟ ਕੱਲ੍ਹ ਦੀ ਹੁੰਦੀ ਆ ਕਿ ਨਹੀਂ, ਖਰੇ ਇੱਕ ਦੋ ਦਿਨ ਹੋਰ ਚੱਲੂਗਾ, ਕਿਉਂਕਿ ਸਟਰੋਮ ਜ਼ਿਆਦਾ ਆਇਆ ਹੋਇਆ, ਸਨੋ 2-2 ਫੁੱਟ ਪੈ ਚੁੱਕੀ ਆ ਟੋਰਾਂਟੋ ਦੇ ਏਰੀਏ 'ਚ। ਸੋ ਬਾਕੀ ਚਲੋ ਚੱਲਦੇ ਹਾਂ, ਅੱਜ ਦੇਖਦੇ ਹਾਂ ਕਿੱਥੇ ਘੁੰਮਣ ਜਾਂਦੇ ਹਾਂ। ਇੱਕ ਦੋ ਜਗ੍ਹਾ ਜਿਹੜੀਆਂ ਰਹਿੰਦੀਆਂ ਸੀ, ਜਗ੍ਹਾ ਤਾਂ ਵੈਸੇ ਜ਼ਿਆਦਾ ਹੀ ਰਹਿੰਦੀਆਂ ਸੀ, ਪਰ ਚਲੋ ਦੇਖਦੇ ਹਾਂ ਅੱਜ ਕਿੱਥੇ ਜਾਂਦੇ ਹਾਂ ਅਤੇ ਨਾਲੇ ਤੁਹਾਨੂੰ ਦਿਖਾਉਂਦੇ ਹਾਂ ਵਿਊ। ਸਾਡੇ ਨਾਲ ਸਿਮਰਨਜੀਤ ਸਿੰਘ ਜੀ ਹਰਿਦੁਆਰ ਵਾਲੇ ਜੁੜ ਚੁੱਕੇ ਆ ਜੀ। ਹਾਂਜੀ ਸਰ, ਆਪਾਂ ਅੱਜ ਕਿੱਥੇ ਜਾ ਰਹੇ ਹਾਂ ਫਿਰ? ਆਲਰੇਡੀ ਕੈਂਸਲ ਕਰ ਚੁੱਕੇ ਪਤਾ। ਹਾਂਜੀ, ਆਲਰੇਡੀ ਕਿੱਥੇ ਜਾ ਰਹੇ ਹਾਂ ਸਰ? ਲਓ ਜੀ, ਅੱਜ ਤੁਸੀਂ ਦੇਖ ਸਕਦੇ ਹਾਂ, ਅੱਜ ਬਹੁਤ ਹੀ ਮਤਲਬ ਵਧੀਆ ਵੈਦਰ ਆ, ਸਭ ਕਲੀਅਰ ਆ, ਕੋਈ ਧੁੰਦ ਨਹੀਂ ਹੈਗੀ, ਸਭ ਕੁਝ ਕਲੀਅਰ ਆ। ਅੱਜ ਤੁਸੀਂ ਬਹੁਤ ਵਧੀਆ ਵਿਊ ਦਿਖ ਰਿਹਾ, ਅੱਜ ਤਾਂ ਐਨ ਪਹਾੜ ਵਗੈਰਾ ਇੱਥੇ ਹੀ ਦਿਖ ਰਹੇ ਆ, ਤੁਹਾਨੂੰ ਬਿਲਡਿੰਗਸ ਵੀ ਦਿਖਾਉਂਦੇ ਆ। ਓ ਜੀ, ਬਿਲਡਿੰਗਸ ਦਿਖਣੀਆਂ ਤੁਹਾਨੂੰ, ਮੇ ਬੀ ਡਾਊਨ ਟਾਊਨ ਦੀਆਂ ਬਿਲਡਿੰਗਸ ਆ ਇਹ। ਅਤੇ ਆਹ ਇੱਧਰ ਜਿਹੜਾ ਮੈਂ ਤੁਹਾਨੂੰ ਦਿਖਾ ਰਿਹਾ, ਆਹ ਦੇਖੋ ਜੀ, ਉਹ ਪਹਾੜਾਂ 'ਤੇ ਸਨੋਹ ਸਨੂ ਪਈ ਹੋਈ ਆ, ਉਹ ਗੱਡੀ ਬੈਕ ਆ ਰਹੀ ਹੈ ਜੀ ਆਪਣੀ, ਅੱਜ ਸਿਮਰਨਜੀਤ ਸਿੰਘ ਜੀ ਚਲਾਉਣਗੇ। ਉਹ ਦੇਖੋ ਜੀ ਪਹਾੜ, ਵਾਹ ਜੀ ਵਾਹ, ਸਨੋਹ ਪਈ ਹੋਈ ਆ। ਅੱਜ ਆਪਾਂ ਜਾ ਰਹੇ ਹਾਂ ਜੀ ਹੋਟ ਸਪਰਿੰਗ। ਸੋ ਹੋਟ ਸਪਰਿੰਗ ਜਾ ਰਹੇ ਹਾਂ ਅਤੇ ਇੱਕ ਦੋ ਥਾਵਾਂ 'ਤੇ ਸ਼ਾਇਦ ਹੋਰ ਜਾਈਏ, ਬਾਕੀ ਦੇਖਦੇ ਹਾਂ ਕੀ ਪਲੈਨ ਬਣਦਾ ਅਤੇ ਕਿੱਦਾਂ ਜਾਂਦਾ, ਬਾਕੀ ਤੁਹਾਡੇ ਅਪਡੇਟ ਦਿੰਦੇ ਹਾਂ ਨਾਲ ਦੀ ਨਾਲ। ਲਓ ਜੀ, ਤੁਸੀਂ ਦੇਖ ਸਕਦੇ ਹਾਂ ਆਪਾਂ ਇਹ ਹੈਗੇ ਹਾਂ ਪਾਇਲ ਬਿਜ਼ਨਸ ਸੈਂਟਰ। ਸੋ ਇੱਥੇ ਜਵੈਲਰੀ ਦੀਆਂ ਸ਼ੋਪਸ ਨੇ ਆਪਣੀਆਂ ਬਹੁਤ ਸਾਰੀਆਂ, ਅਤੇ ਆਹ ਦੇਖ ਸਕਦੇ ਹਾਂ ਮਹਾਰਾਜਾ ਸਵੀਟ ਰੈਸਟੋਰੈਂਟ, ਬਸੰਤ ਸਵੀਟ, ਰੋਇਲ ਪਾਨ, ਪੰਜਾਬ ਇੰਸ਼ੋਰੈਂਸ। ਆਪਾਂ ਖੜ੍ਹੇ ਹਾਂ ਸਰੀ ਗੋਲਡ ਜਵੈਲਰਸ ਦੇ ਮੂਹਰੇ। ਸੋ ਇੱਥੇ ਆਹ ਹੈਗਾ ਆਕਾਸ਼ ਚਾਟ ਹਾਊਸ, ਕਾਫੀ ਸਾਰੀਆਂ ਦੁਕਾਨਾਂ ਨੇ। ਆਹ ਮੂਹਰੇ ਹੈਗਾ ਆ ਕੋਈ ਟਰੈਵਲਰਸ ਵਾਲਿਆਂ ਦੀ ਸ਼ੋਪ ਆ ਜੀ। ਸੋ ਜਿਹੜਾ ਵੀ ਆਵੇ ਆਹ ਵਿਆਹ ਕਲੈਕਸ਼ਨ, ਸੋ ਇੱਕ ਵਾਰ ਜ਼ਰੂਰ ਇੱਥੇ ਵਿਜ਼ਿਟ ਕਰੋ। ਆਪਣਾ ਸਾਰਾ ਪੰਜਾਬੀਆਂ ਦਾ ਹੀ ਪਲਾਜ਼ਾ ਆ, ਸਭ ਹਰ ਤਰ੍ਹਾਂ ਦੀ ਚੀਜ਼ ਇੱਥੋਂ ਮਿਲ ਸਕਦੀ, ਅਵੇਲੇਬਲ ਹੈਗੀ ਆ। ਲਓ ਜੀ ਮਿੱਤਰੋ, ਆਪਾਂ ਪਹੁੰਚ ਚੁੱਕੇ ਹਾਂ ਹੈਰੀਸਨ ਹੋਟ ਸਪ੍ਰਿੰਗਸ। ਸੋ ਤੁਸੀਂ ਵੈਸੇ ਦੇਖ ਸਕਦੇ ਹਾਂ ਪਹਾੜ, ਅਤੇ ਆ ਪਿੱਛੇ ਆਪਣੇ ਕੁਛ ਲੋਕਾਂ ਦੇ ਘਰ ਆ, ਅਤੇ ਇੱਧਰਲੀ ਸਾਈਡ 'ਤੇ ਤੁਸੀਂ ਦੇਖ ਸਕਦੇ ਹਾਂ ਜੀ ਆ ਹੋਟਲ ਆਪਣੇ ਹੋਟ ਸਪ੍ਰਿੰਗਸ ਦੇ। ਅਤੇ ਇੱਥੇ ਲੇਡੀਜ਼ ਆ ਰਹੀ ਸੀ, ਆਪਾਂ ਉਹਨੂੰ ਪੁੱਛਿਆ। ਸੋ ਆਹ ਸਾਰੇ ਹੋਟਲ ਆ ਜਿਹੜੇ ਗ੍ਰੀਨ ਕਲਰ ਦੇ ਆ, ਅਤੇ ਇੱਥੇ ਆਪਾਂ ਹੋਟਲ ਰੈਂਟ ਕਰਕੇ ਰਹਿ ਸਕਦੇ ਹਾਂ। ਪਰ ਅੱਜ ਜਿੱਦਾਂ ਮੌਸਮ ਵਧੀਆ ਨਹੀਂ ਹੈਗਾ, ਜਦੋਂ ਅਸੀਂ ਆ ਰਹੇ ਸੀ ਉਦੋਂ ਤਾਂ ਮੌਸਮ ਫਿਰ ਵੀ ਠੀਕ ਸੀ, ਅਤੇ ਹੁਣ ਥੋੜ੍ਹਾ ਬਾਰਿਸ਼ ਦੇ ਕਰਕੇ ਸੋ ਅੱਜ ਔਖਾ, ਮਤਲਬ ਗਰਮੀਆਂ 'ਚ ਜ਼ਿਆਦਾ ਵਧੀਆ ਹੈਗਾ। ਬਾਕੀ ਨੇਚਰ ਹੈਗੀ ਹੈ, ਤੁਸੀਂ ਨੇਚਰ ਨੂੰ ਇੰਜੋਏ ਕਰ ਸਕਦੇ ਹਾਂ। ਤੁਸੀਂ ਦੇਖ ਸਕਦੇ ਹਾਂ ਜੀ ਕਿੱਦਾਂ ਉੱਥੇ ਆਪਣੇ ਕਲਾਊਡਸ ਵਗੈਰਾ ਹੈਗਾ ਆ, ਵੈਦਰ ਦੇਖ ਸਕਦੇ ਹਾਂ।
ਸੋ ਉਹ ਤੁਸੀਂ ਮੈਂ ਤੁਹਾਨੂੰ ਥੋੜ੍ਹਾ ਜਿਹਾ ਜ਼ੂਮ ਕਰਕੇ ਦਿਖਾਉਣ ਦੀ ਕੋਸ਼ਿਸ਼ ਕਰਦਾ ਉੱਥੇ ਜੀ ਸਨੋਅ ਸਨੋਅ ਹੋਈ ਪਈ ਆ ਵੈਸੇ ਕੈਮਰੇ 'ਚ ਨਾ ਕੈਪਚਰ ਹੋ ਨਹੀਂ ਰਿਹਾ ਮੈਨੂੰ ਦਿਖ ਵੀ ਰਿਹਾ ਨਾ ਮੈਂ ਜ਼ੂਮ ਕੀਤਾ ਬਟ ਆ ਨਹੀਂ ਰਹੇ ਉਹ ਚੀਜ਼ ਜੋ ਐਕਚੁਅਲ 'ਚ ਹੈ ਬਾਕੀ ਤੁਸੀਂ ਦੇਖ ਸਕਦੇ ਆ ਵੀ ਮੇਨਲੀ ਨੇਚਰ ਹੀ ਆ ਇੱਥੇ ਜੋ ਹੈ ਦੇਖਣ ਵਾਲੀ ਚੀਜ਼ ਸੋ ਇੱਥੇ ਬੋਟਿੰਗਸ ਵੀ ਹੁੰਦੀਆਂ ਆ ਸੋ ਸਾਨੂੰ ਫਰੈਂਡ ਨੇ ਮੇਰੇ ਨੇ ਦੱਸਿਆ ਸੀਗਾ ਵੀ ਉੱਥੇ ਜਾ ਕੇ ਤੁਸੀਂ ਬੋਟਿੰਗ ਵਗੈਰਾ ਦਾ ਇੰਜੋਇਮੈਂਟ ਕਰ ਸਕਦੇ ਆ ਰੈਂਟ ਕਰਦੇ ਆ ਉਹ ਬਟ ਉਹ ਵੀ ਅੱਜ ਬੰਦ ਆ ਕਿਉਂਕਿ ਬਾਰਿਸ਼ ਹੋ ਰਹੀ ਆ ਸੋ ਬਾਰਿਸ਼ ਕਰਕੇ ਓਬਵੀਅਸਲੀ ਬਾਰਿਸ਼ ਦੇ ਵਿੱਚ ਹੁਣ ਬੋਟ ਤਾਂ ਚਲਾਉਣੀ ਔਖੀ ਆ ਨਾ ਬਾਕੀ ਆਹ ਸਾਰਾ ਸਮੁੰਦਰ ਆ ਤੁਸੀਂ ਇੰਜੋਏ ਕਰ ਸਕਦੇ ਆ ਬਾਕੀ ਜੁੜੇ ਰਹੋ ਬਣੇ ਰਹੋ ਸਿਮਰਨਜੀਤ ਸਿੰਘ ਜੀ ਹਰਿਦੁਆਰ ਵਾਲੇ ਜਿਵੇਂ ਕਿ ਤੁਸੀਂ ਦੇਖ ਸਕਦੇ ਇੱਥੇ ਆਪਣੀਆਂ ਐਕਸਰਸਾਈਜ਼ ਵਾਲੀਆਂ ਮਸ਼ੀਨਾਂ ਵੀ ਪਈਆਂ ਹੋਈਆਂ ਆ ਸੋ ਪਹਿਲਾਂ ਆਪਾਂ ਉੱਥੇ ਨੀਚੇ ਸੀਗੇ ਉੱਥੇ ਸੋ ਹੁਣ ਆਪਾਂ ਜਿਹੜੀ ਇਹ ਹੱਟ ਜੀ ਬਣੀ ਸੀ ਅਤੇ ਤੁਸੀਂ ਵੀਡੀਓ ਰਿਵਾਇੰਡ ਕਰਕੇ ਦੇਖੋਗੇ ਤੁਹਾਨੂੰ ਉਹ 'ਚ ਪਤਾ ਲੱਗੂਗਾ ਸੋ ਇੱਥੇ ਐਕਸਰਸਾਈਜ਼ ਵਾਲੀਆਂ ਮਸ਼ੀਨਾਂ ਪਈਆਂ ਆ ਫਰੀ ਆਫ ਕੋਸਟ ਹੀ ਆ ਸੋ ਇੱਥੇ ਤੁਸੀਂ ਐਕਸਰਸਾਈਜ਼ ਕਰ ਸਕਦੇ ਆ ਨਜ਼ਾਰਾ ਲੈ ਸਕਦੇ ਆ ਅਤੇ ਬਾਕੀ ਤੁਹਾਨੂੰ ਦਿਖਾਉਂਦੇ ਹਾਂ ਮੁੰਡਾ ਐਕਸਰਸਾਈਜ਼ ਲਾ ਰਿਹਾ ਜੀ ਅਸੀਂ ਤਾਂ ਚਲੋ ਕੱਪੜੇ ਐਕਸਰਸਾਈਜ਼ ਵਾਲੇ ਨਹੀਂ ਪਾਏ ਬਟ ਤੁਹਾਨੂੰ ਦਿਖਾਉਣ ਲਈ ਵੀ ਇੱਥੇ ਐਕਸਰਸਾਈਜ਼ ਵਾਲੀਆਂ ਮਸ਼ੀਨਾਂ ਹੈਗੀਆਂ ਆ ਮਤਲਬ ਨੇਚਰ ਨੂੰ ਇੰਜੋਏ ਕਰਦੇ ਕਰਦੇ ਸਵੇਰ ਦੀ ਫਰੈਸ਼ ਏਅਰ ਦੇ ਵਿੱਚ ਤੁਸੀਂ ਆਪਣਾ ਐਕਸਰਸਾਈਜ਼ ਦਾ ਮਜ਼ਾ ਲੈ ਸਕਦੇ ਆ ਨਾਲੇ ਆਪਣੇ ਆਪ ਨੂੰ ਮਤਲਬ ਫਰੈਸ਼ ਏਅਰ ਵੀ ਹੋਊਗੀ ਉੱਤੋਂ ਤੁਸੀਂ ਨੇਚਰ ਵੀ ਦੇਖੋ ਕਿੰਨਾ ਘੈਂਟ ਆ ਹਨਾ ਸੋ ਕਿੱਦਾਂ ਸਰ ਕੀ ਕਹਿ ਰਹੇ ਹੋ ਇਦਾਂ ਲੱਗਦਾ ਜਿਵੇਂ ਤੁਸੀਂ ਸਵਰਗਾਂ 'ਚ ਬੈਠੇ ਹੋ ਤੇ ਨਾਲ ਨਾਲ ਐਕਸਰਸਾਈਜ਼ ਕਰ ਰਹੇ ਹੋ ਨਾਲ ਐਕਸਰਸਾਈਜ਼ ਕਰ ਰਹੇ ਹੋ ਉਹ ਵੀ ਜੀਨ ਦੀ ਪੈਂਟ ਪਾ ਕੇ ਉੱਤੋਂ ਸਰ ਟਿੰਬਰਲੈਂਡ ਦੇ ਸ਼ੂਜ਼ ਚੈੱਕ ਕਰੋ ਤੁਸੀਂ ਮੁੰਡੇ ਦੇ ਕੀ ਬਾਤ ਆ ਜੀ ਐਕਸਰਸਾਈਜ਼ ਲਾਓ ਆਪਣੀ ਬੋਡੀ ਬਣਾਓ ਫਿੱਟ ਰਹੋ ਅਤੇ ਫਰੈਸ਼ ਏਅਰ ਲਓ ਅਤੇ ਨੇਚਰ ਦਾ ਇੰਜੋਏ ਕਰੋ ਉਹ ਇੱਕ ਫਾਊਂਟੇਨ ਚੱਲ ਰਿਹਾ ਜੀ ਹਜੇ ਤਾਂ ਜੰਮਿਆ ਹੀ ਹੋਇਆ ਅੱਜ ਪਾਣੀ ਟੈਂਪਰੇਚਰ ਇੱਧਰ ਮਾਈਨਸ 'ਚ ਹੀ ਆ ਇਹ ਆਪਣਾ ਐਬਸ ਬੋਰਡ ਤੋਂ ਅੱਗੇ ਪੈ ਜਾਂਦਾ ਜੀ ਅਤੇ ਵੈਂਕੂਵਰ ਤੋਂ 124 ਕਿਲੋਮੀਟਰ ਦੀ ਦੂਰੀ 'ਤੇ ਹੈਗਾ ਜੀ ਹੈਰੀਸਨ ਹੋਟ ਸਪ੍ਰਿੰਗਸ ਸੋ ਬਸ ਇੱਥੇ ਨੇਚਰ ਹੀ ਆ ਜੀ ਮੇਨ ਬਾਕੀ ਵੈਦਰ ਚੰਗਾ ਹੋਵੇ ਫੇਰ ਹੀ ਆਉਣ ਦਾ ਫਾਇਦਾ ਜ਼ਿਆਦਾਤਰ ਕਹਿ ਲਓ ਸਮਰ 'ਚ ਹੀ ਆਵੇ ਬੰਦਾ ਤਾਂ ਹੀ ਫਾਇਦਾ ਸਰਦੀਆਂ 'ਚ ਤਾਂ ਨਹੀਂ ਫਾਇਦਾ ਹੈਗਾ ਬਾਕੀ ਜੇ ਨੇਚਰ ਇੰਜੋਏ ਕਰਨਾ ਫਿਰ ਸਰਦੀਆਂ 'ਚ ਵੀ ਫਾਇਦਾ ਹੈਗਾ ਜੋ ਤੁਹਾਨੂੰ ਵੀਡੀਓ 'ਚ ਦੇਖ ਰਿਹਾ ਫਿਰ ਤਾਂ ਉਹੀ ਆ ਬਸ ਜੀ ਸਿਮਰਨਜੀਤ ਸਿੰਘ ਜੀ ਹੁਣ ਆਪਣਾ ਚੈਨਲ ਖੋਲ੍ਹ ਰਿਹਾ ਨਵਾਂ ਐਕਸਰਸਾਈਜ਼ ਦਾ ਸੋ ਤੁਹਾਨੂੰ ਉਹਦੇ ਵਿੱਚ ਦੱਸਿਆ ਕਰੂੰਗੀ ਡਾਇਟ ਪਲਾਨ ਮਤਲਬ ਸਕਿਨੀ ਬੰਦੇ ਹੁਣ ਜਿਹਨਾਂ ਨੂੰ ਚਾਹੀਦੀ ਹੈ ਨਾ ਸਕਿਨੀ ਫਿਟਨੈਸ ਦੀ ਇਹ ਬਸ ਉਹ ਚੈਨਲ ਦੱਸਣਗੇ ਕਿ ਕਿੱਦਾਂ ਸਰੀਰ ਪਤਲਾ ਕੀਤਾ ਜਾ ਸਕਦਾ ਤੇ ਕਿੱਦਾਂ ਛੇਤੀ ਛੇਤੀ ਕਮਜ਼ੋਰੀ ਆ ਸਕਦੀ ਬੋਡੀ 'ਚ ਵੱਧ ਤੋਂ ਵੱਧ ਕਮਜ਼ੋਰੀ ਸਰੀਰ 'ਚ ਕਿੱਦਾਂ ਆ ਜੇ ਡਾਇਟ ਵੀ ਲਿਖ ਕੇ ਲਾਈ ਡਾਇਟ ਵੀ ਲਿਖ ਕੇ ਦਿਆ ਕਰੋਗੇ ਸਰ ਤੁਸੀਂ ਓਕੇ ਸਰ ਲਗਾ ਕੇ ਦੱਸੋ ਸੈੱਟ ਪਹਿਲਾਂ ਤੈਨੂੰ ਪਤਲਾ ਕਰਨਾ ਆਪਾਂ ਫਿਰ ਨਹੀਂ ਨਹੀਂ ਮੈਂ ਪਤਲਾ ਨਹੀਂ ਹੋਣਾ ਗੇਨਿੰਗ ਮੋਡ ਤੇ ਸਹੀ ਹਾਂ ਸੀ ਜਿਹੜਾ ਜਿਹੜਾ ਥੋੜਾ ਜਿਹਾ ਟਮੀ ਆ ਸਲਿਮ ਕਰਨਾ ਇਹ ਪਾਰਟ ਕੱਟ ਦਿੰਦੇ ਆ ਵੀਡੀਓ 'ਚ ਮੈਨੂੰ ਲੱਗਦਾ ਕੱਟਣਾ ਪੈਣਾ ਇਹ ਓ ਸਰ ਕਿਆ ਬਾਤ ਹੈ ਸਭ ਤੋਂ ਪਹਿਲਾਂ ਜੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਅਤੇ ਅੱਜ ਆਪਣਾ ਹੈਗਾ ਆ 18 ਜਨਵਰੀ ਸੋ ਅੱਜ ਜਿਹੜੀ ਸਾਡੀ ਫਲਾਈਟ ਰੀਸਕੈਡਿਊਲ ਹੋਈ ਆ ਉਹ ਹੋਈ ਆ ਐਬਸ ਬੋਰਡ ਤੋਂ ਪਹਿਲਾਂ ਜਾਊਗੀ ਕੈਲਗਰੀ ਸੋ ਕੈਲਗਰੀ ਤੋਂ ਬਾਅਦ 2 ਘੰਟੇ ਦਾ ਸਟੇ ਆ ਕੈਲਗਰੀ ਦੇ ਵਿੱਚ ਉਸ ਤੋਂ ਬਾਅਦ ਅਸੀਂ ਜਾਣਾ ਆ ਆਪਣਾ ਵਿੰਡਸਰ ਟੋਰੰਟੋ ਟੋਰੰਟੋ ਤੋਂ ਬਾਅਦ ਫਿਰ ਅਸੀਂ 3 ਘੰਟੇ ਦੀ ਡਰਾਈਵ ਆ ਜਿਹੜੀ ਵਿੰਡਸਰ ਦੀ ਆ ਸੋ ਆਲਮੋਸਟ ਅੱਜ ਦੇ 8-10 ਘੰਟੇ ਲੱਗ ਜਾਣੇ ਇੱਦਾਂ ਹੀ ਬਸ ਖੱਜਲ ਖਰਾਬ ਹੋਣਾ ਅੱਜ ਜਹਾਜ਼ਾਂ ਦੇ ਵਿੱਚ ਤੁਸੀਂ ਕੁਛ ਕਹਿਣਾ ਚਾਹੋਗੇ ਦਰਸ਼ਕਾਂ ਨੂੰ ਬਸ ਜੀ ਆਪਾਂ ਲਗਭਗ ਸਾਰੇ ਰੈਡੀ ਹਾਂ ਸਾਰਾ ਸਮਾਨ ਪੈਕ ਆ ਕਾਫੀ ਫੂਡ ਵੀ ਆਪਾਂ ਲਿਆ ਵਾ ਆਉਂਦੇ ਟਾਈਮ ਵੀ ਫੂਡ ਨਹੀਂ ਲਿਆ ਅਤੇ ਜਹਾਜ਼ 'ਚੋਂ ਕਾਫੀ ਕੁਛ ਖਰੀਦਣਾ ਪਿਆ ਸੀ ਅਤੇ ਬਸ ਸਾਡਾ ਨਿਤਨੇਮ ਖਤਮ ਹੋਣ ਵਾਲਾ ਉਸ ਤੋਂ ਬਾਅਦ ਅਸੀਂ ਅਰਦਾਸ ਕਰਕੇ ਨਿਕਲਣ ਦੀ ਤਿਆਰੀ ਹੈ ਜੀ ਬਾਕੀ ਇਹ ਹੀ ਆ ਕਿ ਜੇ ਤੁਸੀਂ ਲੋਕਲ ਆਪਣੀ ਡੋਮੈਸਟਿਕ ਫਲਾਈਟ ਦੇ ਵਿੱਚ ਹੈਗੇ ਆ ਤੇ ਕੋਈ ਵੀ ਆਪਣਾ ਤੁਸੀਂ ਹਾਰਡ ਫੂਡ ਲੈ ਕੇ ਜਾ ਸਕਦੇ ਆ ਜਹਾਜ਼ ਦੇ ਵਿੱਚ ਲਿਕੁਇਡ ਵੀ ਹਾਰਡ ਫੂਡ ਸੋ ਅਸੀਂ ਲੈ ਕੇ ਨਹੀਂ ਆਏ ਜਦੋਂ ਆਏ ਸੀ ਉਸ ਦਿਨ ਸੋ ਅੰਦਰੋਂ ਸਾਨੂੰ ਖਰੀਦਣਾ ਪਿਆ ਕਿਉਂਕਿ ਉਹ ਸਾਰਾ ਕੁਛ ਪੇਡ ਸੀਗਾ ਅੰਦਰ ਪਾਣੀ ਤੱਕ ਈਵਨ ਸਾਨੂੰ ਪੇਡ ਕਰਕੇ ਲੈਣਾ ਪਿਆ ਸੋ ਇਸ ਵਾਰ ਅਸੀਂ ਲੈ ਕੇ ਚੱਲੇ ਹਾਂ ਕਾਫੀ ਫੂਡ ਬਾਕੀ ਚਲੋ ਨਾਲ ਦੀ ਨਾਲ ਵੱਧਦੇ ਹਾਂ ਅੱਗੇ ਏਅਰਪੋਰਟ ਵੱਲੋਂ ਨਿਕਲਦੇ ਹਾਂ ਅਤੇ 7:30 ਹੋ ਗਏ ਆ ਫਲਾਈਟ ਸਾਡੀ ਹੈਗੀ ਆ ਇੱਥੋਂ 11 ਵਜੇ ਸੋ ਉੱਥੇ ਪਹੁੰਚ ਕੇ ਏਅਰਪੋਰਟ 'ਤੇ ਤੁਹਾਨੂੰ ਅੱਗੇ ਦਾ ਵਿਊ ਦੱਸਦੇ ਹਾਂ ਅੱਗੇ ਦੀ ਜੋ ਵੀ ਸਟੋਰੀ ਹੋਊਗੀ ਤੁਹਾਡੇ ਨਾਲ ਡਿਸਕਸ ਕਰਦੇ ਹਾਂ ਆਓ ਜੀ ਜਾਂਦੇ ਵਾਰ ਇੱਕ ਵਾਰ ਦੇਖ ਲਓ ਘਰ ਦਾ ਵਿਊ ਆਓ ਜੀ ਅਟੈਚੀ ਪੈਕ ਹੋ ਚੁੱਕੇ ਜੀ ਸਾਰਾ ਕੁਛ ਪੈਕ ਆ ਭਾਈ ਉਹ ਆਪਣਾ ਹੀ ਕਮਰਾ ਹਾਂਜੀ 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 ਉੱਧਰ ਹੀ ਪੈ ਰਹੇ ਨੇ ਪਤਾ ਨਹੀਂ ਲੱਗਦਾ
लो जी वॉशरूम। बाकी Airbnb करना वर्थ इट है कि नहीं तुम दस दे। वैसे तो बहुत ज्यादा वर्थ इट लगा सानू तो है भी आ चलो जी लाइटा लुटा बंद कर दिए तो चलिए फिर फोन आहो तेन भी छड़ जाने इत्थे चलो जी चलिए बाहर नूं जी तुसीं देख सकते हैं चैकआउट का प्रोसीजर की आ लॉक ला के आपां कोड खोलता चाबी विच ला रखती आ ते कोड उही वाला लाओ जिहड़ा दा कोड दिता गया ते इहनूं लॉक कर दो। सो चैकआउट हो गया घर चाबी इत्थे पाती ओनर आऊगा आपे चक लूगा। चलो जी चलिए चलो जी चलो लो जी मित्रो आप जा नहीं रेहड़ी हाँ तो हम आप जा रहे हैं थोड़े एयरपोर्ट जो कि इतों है 60-70 किलोमीटर की दूरी से। चलो जी तुम चला रहे गड्डी सर नहीं तुम लो जी अज आखिरी बार ही BMW फिर जाके अपनी चलाओ गड्डी। लो जी पहुंच चुके हैं जी आप एयरपोर्ट ते एब्सवुड दे ते गड्डी आप पार्किंग चलाती आप एविज वाले तो की थी गड्डी रेंट। सो उधर अपनी एंटरप्राइज वाले की हैगी पार्किंग। सो इस करके आप गड्डी पार्किंग चलाती आ ते अपना है जी मुरे एब्सवुड का एयरपोर्ट। सो अंदर एंट्री करते हैं तो फिर चैक चैक इन वगैरह कराने ना गड्डी की की वगैरह रखते हैं। लो जी देख सकते हो जी तुम असी डिपार्चर एंटर कर रहे हैं एब्सवुड एयरपोर्ट। सो सवेर के किन्ने बज चुके ऑलमोस्ट 9 बज चुके जी साड़ी फ्लाइट हैगी 11 बजे की जी इतों कैलगरी जानी है। सो आप एंट्री करते हैं तो अपना कार का चैकआउट करा के तो अपना चैक इन कराने जी बैकअप बुक का देख सकते हैं जी अविस का ऑफिस तो नाल है एंटरप्राइज का इतने चाबी रिटर्न कर दी है जी सिमरनजीत सिंह जी करोगे। लो जी आ लगा आ जहाज अपना। सो आप बैक डोर तो बहना आ सो आप बैठा जी तो थानू अंदरों फिर व्यू दिखाने यहाँ। लो जी मित्रों WestJet की फ्लाइट अपनी तो पिछली डोर तो आप चढ़ा आप फ्लाइट से बैठ चुके हैं तुम देख सकते जी फ्लाइट के बच्चे इस टाइम है तो सानू आ खाने को मिलया फ्लाइट के बच्चे इंक्लूड तो इतने हैलीपैड्स लिखा हुआ मैं आया टोरंटो वाला। सो आप खाती है इंजॉय कर रहे हैं एक घंटे बाद अभी पहुँच रहे हैं जी अपने कैलगरी। सो कैलगरी तो बाद जो जाएगी फ्लाइट टोरंटो आफ्टर 2-3 आवर्स का स्टे है कैलगरी। सो मिलते हैं जी कैलगरी पहुँच के। लो जी मित्रों असं पहुँच चुके हैं कैलगरी के एयरपोर्ट के उत्ते तो सिमरनजीत सिंह जी ने अपना फेवरेट जूस लै लिया हुआ ऑरेंज जूस ऑरेंज पग ऑरेंज जैकेट ऑरेंज जूस ये मैं लगता ऑरेंज जूस भी इन्हों का फेवरेट आते ऑरेंज कलर भी इन्हों का फेवरेट आ। सो टाइम ऑलमोस्ट हो गया जी कैलगरी बज चुके 2:50। सो साड़ी जी नगली फ्लाइट हैगी 3:45 तो इतों जी जानी है टोरंटो। सो टोरंटो उधर टाइम हो जाना रात के 9:30 बज जाने जो पहुँचना हो सकता थोड़ा बहुत डिले भी हो जाए स्नो स्टॉर्म करके जिदा कि कल आया स्नो स्टॉर्म उत्थे तो उत्तों बाद आप टोरंटो तो जावे विंडसर। सो बाकी अपडेट तुम्हें दिता जाऊगा। हाँ जी कि लग रहा जी जूस इन्होंने एयरपोर्ट तो ही लिया कि रोजा तो पे बहुत वाइया जी
वैसे तो बूस्टर जूस वैसे तो बूस्टर जूस पीने होंगे ये अज कोई जुगो जुगो जस जस जुगो जूस जस जुगो जूस कंपनी कोई ली इतने एयरपोर्ट के अंदर ही सी सो चलो चलो कैलगरी का ब्रांड होना पिछले तुम देख सकते हैं जी स्टारबक्स भी है साढ़े सो वैसे देखना मैं तो स्टारबक्स पीने बारे सोच रहा चलो मिलते हैं जी अगे अगे अपडेट दें ਲਓ ਜੀ ਸਾਡੀ ਇਹੀ ਫਲਾਈਟ ਆ ਜਿਹਦੇ ਵਿੱਚ ਆਪਾਂ ਆਏ ਸੀ ਕੈਲਗਰੀ ਸੋ ਇਸ ਤੋਂ ਅੱਗੇ ਆਪਾਂ ਟੋਰਾਂਟੋ ਤੱਕ ਵੀ ਇਸੇ ਫਲਾਈਟ 'ਚ ਜਾਣਾ ਆ ਬਟ ਇਹ ਆਲਮੋਸਟ ਇੱਕ ਘੰਟਾ ਲੇਟ ਹੋ ਚੁੱਕੀ ਆ ਫਲਾਈਟ ਜੋ ਕਿ 3:30 ਵਜੇ ਜਾਣੀ ਸੀ ਅਤੇ ਹੁਣ ਆਲਮੋਸਟ 4:30 ਵਜੇ ਜਾਣੀ ਆ ਅਤੇ 4:00 ਔਲਰੇਡੀ 10 ਮਿੰਟ ਹੋ ਚੁੱਕੇ ਆ ਅਤੇ ਹਜੇ ਤੱਕ ਬੋਰਡਿੰਗ ਸ਼ੁਰੂ ਹੋਈ ਨਹੀਂ ਆ ਸੋ ਪਤਾ ਨਹੀਂ ਇਹ ਕਿਉਂ ਡਿਲੇ ਹੋ ਰਿਹਾ ਆ ਮੇ ਬੀ ਸੈਡ ਵੈਦਰ ਕਰਕੇ ਬਸ ਸਨੋਅ ਤਾਂ ਤੁਹਾਨੂੰ ਦੇਖੀ ਰਹੀ ਹੋਣੀ ਆ ਕਿੰਨੀ ਸਨੋਅ ਪੈ ਚੁੱਕੀ ਆ ਇੱਥੇ ਤਾਂ ਘੱਟ ਆ ਫਿਰ ਵੀ ਟੋਰਾਂਟੋ ਤਾਂ ਕੱਲ੍ਹ ਸਟਰੋਮ ਹੀ ਆਇਆ ਪਿਆ ਸੀ ਸੋ ਲੈਟਸ ਸੀ ਵੀ ਕੀ ਹੁੰਦਾ ਕਿੰਨੇ ਵਿੱਚ ਚੱਲਦੀ ਆ ਫਲਾਈਟ ਇੰਸਪੈਕਸ਼ਨ ਹੋ ਰਹੀ ਆ ਮੇ ਵੀ ਪਤਾ ਨਹੀਂ ਬਟ ਪਹਿਲਾਂ ਤਾਂ ਕਦੀ ਦੇਖਿਆ ਨਹੀਂ ਇੱਦਾਂ ਦਾ ਕੁਛ ਸੋ ਵੀ ਫਸਟ ਟਾਈਮ ਆ ਬਾਕੀ ਦੇਖਦੇ ਹਾਂ ਕੀ ਕਰ ਰਹੇ ਹਾਂ ਬਾਕੀ ਆਪਣੇ ਸਰਦਾਰ ਦੀ ਚਲਾ ਰਿਹਾ ਜੀ ਪਾਸੇ ਕਰ ਰਹੇ ਨੇ ਪੁਸ਼ ਵਗੈਰਾ ਤੁਝਾ ਜਾ ਸਨੋ ਜਾਵਾਂਗੀ ਸੀ ਨਾ ਦਿਖ ਰਿਹਾ ਨਾ ਪਾਣੀ ਨਾ ਉਤਰ ਰਹੀ ਆ ਗਰਮ ਪਾਣੀ ਮਾਰ ਰਿਹਾ ਸਨੋ ਲਾ ਰਿਹਾ ਜਿੰਨਾ ਨਜ਼ਦੀਕ ਤੋਂ ਦਿਖ ਰਿਹਾ ਉਹ ਤੋਂ ਆ ਜਾ ਗਿਆ ਤਾਂ ਲਾਲ ਲਾਲ ਕਲਰ ਤਾਂ ਕੁਛ ਦਿਖ ਰਿਹਾ ਤਾਂ ਮੇ ਬੀ ਇਹ ਕੋਈ ਕੈਮੀਕਲ ਹੀ ਆ ਬਾਕੀ ਪਤਾ ਨਹੀਂ ਚਲੋ ਅਸੀਂ ਦੇਖ ਸਕਦੇ ਹਾਂ ਰੈੱਡ ਰੈੱਡ ਕਲਰ ਤਾਂ ਵਿੱਚ ਮਿੱਟੀ ਰੰਗਾਂ 'ਚ ਲੱਗ ਰਿਹਾ ਤਾਂ ਰੈੱਡ ਕਲਰ ਹੀ ਆ ਥੱਲੇ ਦੇਖੋ ਰੈੱਡ ਰੈੱਡ ਕਲਰ ਦਾ ਸ਼ੇਡ ਜਿਹਾ ਮਾਰ ਰਿਹਾ ਸੋ ਸ਼ਾਇਦ ਕੋਈ ਕੈਮੀਕਲ ਜਿਹਾ ਸਨੋ ਹਟਾਉਣ ਨੂੰ ਮੇ ਬੀ ਹੋ ਸਕਦਾ
4:55 हो गए ऑलमोस्ट 5:00 कह लो कैलगरी हैगी हाँ तो आप 5:00 हैं सो फ्लाइट हूँ तुरंत लगी है सो हजे भी रनवे पर जाना 5-7 मिनट लग ही जाने मतलब 5 बजे आप हवा जी जाना है सो इधर कैलगरी 5:00 तो उधर 2 घंटे का फर्क रंग 7:00 होने ऑलरेडी सो कितने असी 9-10 बजे पहुँचना सर हम वही जो 2 घंटे लेट चली है 2 घंटे होर बढ़ गए अपने सो लैट्स सी की होता अगर सो अजे भी चुनी नहीं हैगी फ्लाइट काफ़ी लेट हो गए हैं लेट नाइट ही पहुँचा नहीं लग रहा लो जी आवाजा होनी शुरू हो गई लगता भी गेयर गूयर पहले हैं जहाज वाले ने लो जी पायलट साहब ने गेयर पाले हैं तो जहाज उड़न की तैयारी कर रहे शुरू होने लगी जहाज की 1, 2, 3 चलो जी चल पे जहाज फाइनली बाकी डोमैसटिक फ्लाइटा कैनेडा के बेस्ट जेट कंपनी हैगी है सब तो मतलब चीफेस्ट आती वजी है जहाज आ चुका जी रनवे तो बस कुछ कपलों के बिच हवा च होगा बाकी तुम प्रोपर का दिखाने व्यू मित्रों टोरंटो लैंड कर चुके हैं तो रात के बाद चुके हैं टोरंटो च 10 बाकी स्नो देख सकते कि बहुत स्किड किया जहाज हल्का जहा जो बंद ने लैंड किया जो पायलट ने लैंड किया जहाज तो स्किड भी होया बाकी तुम देख सकते हैं सारा कुछ माहौल चिट्टा चिट्टा होया पाया एयरपोर्ट तो इन्नी ज़्यादा स्नो जूम करके नहीं दिख रहा कुछ क्योंकि हजे स्टिल स्नो पै रही है शीशा किला छा जा बाकी देख लो भाई बहुत ज़्यादा स्नो पी गई है स्नो स्ट्रोम आई तो ही फ्लाइटा कैंसल हो कि स्नो ही स्नो पी गई है चलो बाकी बाहर उतर के जहाज फिर माहौल दिखाते हैं स्नो का तुम बाहर कि पी है स्नो ठंड भी ज़्यादा ही होनी है देख सकते हो जी कि बैड वैदर से टोरंटो के सो कि स्नो ही स्नो पी पी है सारे पास दूर दूर तक स्नो स्नो हाँ देखो जो रनवे है रनवे भी फुल ऑफ स्नो न भरया पाया सो बहुत ही ज़्यादा बैड वैदर है तो अज भी स्टिल स्नो पै रही है तो मैं तुम स्नो करके दिखाने की कोशिश करता जोड़े विंग्स होंगे मतलब जहाज के जो फारे उन्होंने भी स्नो जम चुकी है सब सारे पास चिट्टा चिट्टा पाया पै जी बहुत वैदर खराब आ दस बज के 40 मिनट हो चुके हैं तो पार्किंग ना होने करके जगह ना साफ होने करके 2-3 बार 9 मिनट हुई है अजे तक असं प्लेन च ही बैठे जी तो बाकी अभी देख सकते हैं साफ हो गई है हम जहाज बैठे खड़े उ लगे
बस बैग का इंतजार हो रहा, बैग हजे आया जी साडा, लभ रहे हजे कि कितने आया टैची साडा, सो खोज जा रही है, बैग लभीए तो फिर चलीए अगे घर। और जी तुम देख सकते हो तो स्क्रीन लगिया होनी तो फ्लाइट नंबर तो लिखा होंगे भी कि फ्लाइट है, जिदा हम क्या करिए तो आए हैं आप, तो साड़ा WS670 फ्लाइट नंबर आ, सो उस स्क्रीन के मोहरे ही मतलब अपना लगेज पैकेज जो भी है उत्थे आना होंगे। और सू 10 मिनट हो गए वेट कर देना, साड़ा स्टो नहीं आया बैग, सो वेट जारी है, बाकी बंदे भी खड़े आते देख सकते हैं वेट जारी है। लो जी अभी अपने फोन करता ही पार्किंग वाले जिते गड्डी खड़ी की एयर स्पोर्ट वो आ गए जी बंदे, तो हम आप गड्डी बह के उत्थे अपनी पार्किंग से जावे जिते गड्डी लाई है, तो उतो गड्डी चकांगे तो जावे एक अपने घर में। लो जी पार्क गड्डी आ गई है, चलो बैग बूग रखिए। लो जी देखो टोरंटो के नज़ारे, इन्नी स्नो पई हुई आ, अपनी गड्डी हुई लगी हुई थी पार्किंग के बस पूरी ब्लॉक हुई पई है गड्डी, देखो हम पहला सफाई करूँगे, क्रेन जी लाई इन्होंने मोहरे मोहरे का रोड तो चकता, देखो रोड तो क्लीन करता सी पर इन्नी इन्नी दो फुट स्नो जमी हुई है, तो अपनी गड्डी हम कटूंगे देखो कटते हैं गड्डी चलते हैं। लो जी टैची टूची आ गए आ, गड्डिया फस चुकिया जी टोरंटो के स्नो स्ट्रोम के सिमरनजीत सिंह जी घबराए हुए आ भी किदा गड्डी निकलूगी, कढ़ाने गड्डी सर बोल कढ़ाऊंगे गड्डी, चिंता क्यों करता तू, पिके 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 फसे पे इन्ना स्टीकर भी चल लै ही गया अगला आके, वह देख उधर पिछे देख, आ देख सकते हैं जी तुम कि ज़्यादा स्नो पई आ, स्ट्रोम आया फोटो फोटो च नहीं इन्ना पता लगता वैसे, जोड़ा बंदा खड़ा आ कोल खड़ कोल खड़े स्नो दे माड़े दिखाइए किन्ने क फुट आ, की हाइट है तेरी, लक तक तुम देख सकते जी एडे इन्ने तो है ही आ, बहुत स्ट्रोम चंकी स्नो पई आ, गड्डिया के बचों भी ताकियां का देखो रस्ता वगैरह पूरा ब्लॉक होया पाया जी, बहुत स्नो पई है बहुत ज़्यादा। आ मोरे एक होंडा सिविक गड्डी खड़ी आ, वो वैसे तो चलो फिलहाल सड़क साफ कर ली इन्होंने साइडा करती है, पर बहुत औखी निकलनी है, फसी पई है गड्डी, ये अपनी पार्किंग एरो स्पोर्ट, चलो पहला गड्डी कढ़ते हैं, पैंदी ठंड बड़ी है पिछे आने घर में। आ जी तुम देख सकते हैं ताकी भी औखी खुलनी है गड्डी की, बहुत स्नो पई है बहुत ज़्यादा, बाकी तुम देख सकते हैं गड्डी के टायर वगैरह अद्धा टायर डुबी गया ऑलमोस्ट, ताकी भी नहीं खुलनी सर, ताकी बड़ी औखी खुलनी है। और जी बंदा आया स्नो साफ कर ली, बी केयरफुल सर प्लीज नो स्क्रैचेस डेंस। लो जी वेख लो साह संगतो आ कि कि बर्फ आ, दो तीन ढाई ढाई फुट बर्फ चढ़ी आ, गड्डिया दबिया पे वेख लो जेडे जे कनेडा आने चाहवान ने उन्होंने आप मुसीबत भी झलनिया पैदा ने, तो सवारी अपने समान की आप जिम्मेवार ध्यान ना ही आना है, वेख लो कि बनया पाया है सड़क तो तुरया बड़ा मुश्किल जाता, गड्डी चलानी तो बहुत वड्डी गल है, सारा कनेडा धक्या काफ़ी मेहनत करने तो बाद आप ही लगे हैं शोवलों वगैरह ना, सो कट ही ली फाइनली गड्डी, बाकी तुसी देख सकते हैं सिमरनजीत सिंह जी पूरा साथ निभा रहे ते स्नो वगैरह यार बिच पिया है, कट ला कोई नहीं गिर गई बिच बर्फ, हाँ ध्यान ना बस इतने मोरी पिया दिख गया, बस 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 लियाओ जी स्नो कर लो साफ, हूँ ओ आराम ना मारी नहीं स्क्रैच पैने, हाँ जा मैं करा। लो जी फाइनली घर आ चुके हैं, तो आप गड्डी पार्क कर चुके हैं, तो सवेर दे बज गए पूरे 5:05 हो चुके जी, सो तुसी बाकी हालत देख सकते हैं गड्डी की किन्नी किन्नी गंदी हो चुकी है, टायर वगैरह सारे धोनी पैनी गड्डी, विंडसर तो एकदम साफ पिया है पर टोरंटो दे विच बहुत ज़्यादा स्नो स्ट्रोम आया हुआ सी, सो अज का ब्लॉग भी इतें एंड कर दें, सो मिलते हैं फिर किसी नवे ब्लॉग के नाल, बहुत ज़्यादा।